ਨਾ ਸੁਣੋ ਜੀ, ਕਿਵੇਂ ਗਰਜਣ ਲੱਗੇ ਹੋਏ ਨੇ, ਗੱਡੀ ਵੀ ਬਾਹਰ ਖੜੀ ਆ, ਮੰਡੀ ਨੂੰ ਜਾਣਾ, ਉੱਥੇ ਮਾਲ ਪਿਆ ਬਾਹਰ, ਜਾ ਕੇ ਢਕਾਉਂਦੇ ਹਾਂ। ਢਕਿਆ ਹੋਇਆ ਤਾਂ ਹੈਗਾ ਵੈਸੇ, ਪਰ ਜਾ ਕੇ ਦੇਖਦੇ ਹਾਂ, ਫਿਰ ਵੀ ਮੀਂਹ ਕੋਈ ਜ਼ਿਆਦਾ ਤੇਜ਼ ਹੋ ਗਿਆ। ਮੀਂਹ 'ਚ ਕਿੰਨਾ ਬੁਰਾ ਹਾਲ ਆ, ਤਰਪਾਲਾਂ ਹੀ ਤਰਪਾਲਾਂ। ਮੀਂਹ ਦੇਖੋ ਜੀ, ਮੰਡੀ 'ਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ। ਕੀ ਕਰਨਗੇ ਜ਼ਿਮੀਦਾਰ, ਬਹੁਤ ਔਖਾ ਹੋਇਆ ਪਿਆ ਕੰਮ। ਏਰੀਆਂ ਦੇਖੋ, ਬੁਰਾ ਹਾਲ ਅੱਜ ਮੀਂਹ ਨਾਲ ਤਾਂ ਨੁਕਸਾਨ ਹੋਊਗਾ ਜੀ, ਆੜ੍ਹਤੀਆਂ ਦਾ ਵੀ, ਜ਼ਿਮੀਦਾਰਾਂ ਦਾ ਵੀ। ਆੜ੍ਹਤੀਆਂ ਦਾ ਮਾਲ ਬਾਹਰ ਪਿਆ, ਇਹਦੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਸਾਰੀ, ਅਤੇ ਜ਼ਿਮੀਦਾਰਾਂ ਦਾ ਵਿਚਾਰਿਆਂ ਦਾ ਮਾਲ ਥੱਲੇ ਪਿਆ, ਉਹਦੇ ਥੱਲੋਂ ਪਾਣੀ ਪੂਣੀ ਲੰਘ ਜਾਂਦਾ। ਚਲੋ ਥੋੜ੍ਹੀ ਵੇਟ ਕਰਨੀ ਪਊਗੀ, ਮੋਇਸਚਰ ਹੋ ਜਾਂਦਾ, ਪਰ ਦਿੱਕਤ ਸਾਰਿਆਂ ਨੂੰ ਇਹ ਆ। ਗੱਡੀਆਂ ਵਾਲੇ ਵੀ ਖੜ੍ਹੇ ਆ, ਇਹ ਤਾਂ ਗੱਡੀਆਂ ਨਾਲ ਮਾਲ ਚੱਕ ਹੋ ਜਾਣਾ ਸੀਗਾ। ਜਦ ਤੱਕ ਮੀਂਹ ਹੁਣ ਕੁਛ ਨਹੀਂ ਹੋਣਾ, ਧੁੱਪ ਚੜੂਗੀ, ਉਸ ਤੋਂ ਬਾਅਦ ਹਵਾ ਲੱਗੂਗੀ ਮਾੜੀ ਮੋਟੀ, ਉੱਪਰਲਾ ਮਾਲ ਚੱਕ ਹੋਊਗਾ ਤਾਂ ਥੱਲੋਂ ਮਾਲ ਨਿਕਲਣਾ। ਇਹ ਕਾਫੀ ਲੰਬਾ ਚੌੜਾ ਪ੍ਰੋਸੀਜਰ ਜਿਹਾ ਹੋ ਜਾਂਦਾ। ਚਲੋ, ਜੋ ਮਾਰਨ ਨੂੰ ਮਨਜ਼ੂਰ ਆ ਉਹੀ ਹੋਣਾ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਵੈਲਕਮ ਹੈ ਜੀ ਬਲੌਗ 'ਤੇ। ਕੱਲ੍ਹ ਮੀਂਹ ਨੇ ਬੜਾ ਨੁਕਸਾਨ ਕੀਤਾ, ਮੰਡੀਆਂ 'ਚ ਵੀ ਤੁਸੀਂ ਦੇਖਿਆ ਹੀ ਆ, ਅਤੇ ਐਂਡ ਪਈ ਇੱਧਰ ਆਪਣੇ ਤਰਨ ਤਾਰਨ ਡਿਸਟ੍ਰਿਕਟ, ਹੋਰ ਉੱਤੇ ਗੁਰਦਾਸਪੁਰ ਸਾਈਡ ਵੀਡੀਓ ਦੇਖੀਆਂ, ਉੱਥੇ ਦੀਆਂ ਵੀ। ਜ਼ਿਮੀਦਾਰ ਕਰੇ ਤਾਂ ਕੀ ਕਰੇ ਵਿਚਾਰਾ, ਨਾ ਤਾਂ ਚੱਕ ਕੇ ਅੰਦਰ ਰੱਖਣ ਜੋਗੇ ਇੰਨੀ ਫਸਲ ਨੂੰ, ਅਤੇ ਨਾ ਇੰਨੀ ਛੇਤੀ ਵੱਢ ਹੋ ਸਕਦੀ ਆ ਵੀ ਸਾਰਾ ਕੁਛ ਕਰ ਲਈਏ। ਪਰ ਚਲੋ, ਜੋ ਮਾਰਨ ਨੂੰ ਮਨਜ਼ੂਰ ਆ ਹੋਣਾ ਉਹੀ ਹੈ ਜੀ। ਸਾਡੇ ਵੀ ਮੰਡੀ 'ਚ ਬੁਰਾ ਹੀ ਹਾਲ ਰਿਹਾ, ਉਹਨਾਂ ਤੁਹਾਨੂੰ ਦਿਖਾਉਣਾ ਵੀਡੀਓ ਵੀ। ਬਾਕੀ ਖੇਤਾਂ 'ਚ ਵੀ ਆਲੂਆਂ ਨੂੰ ਪਾਣੀ ਲਾਇਆ ਹੋਇਆ ਸੀਗਾ, ਹੁਣ ਆਲੂਆਂ 'ਚ ਪਾਣੀ ਖੜ੍ਹਾ, ਕੱਢਿਆ ਤਾਂ ਹੈਗਾ, ਬਾਕੀ ਫਿਰ ਦੇਖਦੇ ਹਾਂ ਵੀ ਹੁਣ ਕੀ ਬਣਦਾ, ਬਚਣਗੇ ਕਿ ਨਹੀਂ ਬਚਣਗੇ, ਦਿਖਾਉਣਾ ਤੁਹਾਨੂੰ। ਆਹ ਦੇਖੋ ਜੀ, ਆਲੂਆਂ 'ਚ ਖੜ੍ਹਾ ਪਾਣੀ, ਅਤੇ ਕੱਢਿਆ ਤਾਂ ਹੈਗਾ ਵੈਸੇ, ਉਹ ਖਾਲਾਂ 'ਚ ਨੂੰ ਕੱਢ ਕੇ, ਪਰ ਫਿਰ ਵੀ ਵਿੱਚ ਰਹਿੰਦਾ ਹਜੇ। ਇੱਧਰ ਤਾਂ ਨਿਕਲ ਵੀ ਗਿਆ ਕੁਛ ਨਾ ਕੁਛ, ਕੁਛ ਰਹਿੰਦਾ ਵੀ ਆ। ਅਤੇ ਇੱਧਰ ਆਹ ਜੀਰੀ ਦੇਖ ਲਓ, ਇਹ ਵੱਢਣ ਵਾਲੀ ਹੋ ਸੀਗੀ, ਬਸ ਲੇਟ ਕਰੀ ਗਏ ਵੀ ਇੱਕ ਦਿਨ ਖੜ੍ਹ ਜਾ, ਇੱਕ ਦਿਨ ਖੜ੍ਹ ਜਾ। ਚਲੋ ਕੋਈ ਗੱਲ ਨਹੀਂ, ਉਹ ਵੀ ਜੀਰੀ ਪਈ ਆ ਹਜੇ ਆਪਣੀ ਘਰ ਦੇ ਅੱਗੇ, ਆਹ ਸਾਰੀ ਗੁਰਦੁਆਰਾ ਸਾਹਿਬ ਦੇ ਉਰਲੇ ਪਾਸੇ ਹਜੇ ਹੈਗੇ ਨੇ 3-4 ਕਿੱਲੇ। ਬਾਕੀ ਫਿਰ ਦੇਖਾਂਗੇ ਬਾਅਦ 'ਚ, ਹੁਣ ਮੌਸਮ ਥੋੜ੍ਹਾ ਜਿਹਾ ਠੀਕ ਰਹੇ, ਮਹਾਰਾਜ ਕਿਰਪਾ ਰੱਖੇ, ਸਾਰੇ ਜ਼ਿਮੀਦਾਰਾਂ ਦਾ, ਵਿਚਾਰਿਆਂ ਦਾ, ਭਾਈਆਂ ਦਾ ਮਾਲ ਚੱਕਿਆ ਜਾਵੇ, ਤਾਂ ਹੀ ਗੱਲ ਆ। ਬਾਸਮਤੀਆਂ ਦਾ ਨੁਕਸਾਨ ਹੋਇਆ ਬਾਈ ਜੀ ਕਾਫੀ, ਬਾਸਮਤੀਆਂ ਹਜੇ ਡਿੱਗੀਆਂ ਨਹੀਂ ਸੀਗੀਆਂ, ਕਹਿੰਦਾ ਸੋਰੀ ਵੱਡੀਆਂ ਨਹੀਂ ਸੀਗੀਆਂ, ਉਹ ਡਿੱਗੀਆਂ, ਅਤੇ ਹੁਣ ਉਹਦਾ ਝਾੜ ਵੀ ਕੱਢੂਗਾ, ਫਰਕ ਪਊਗਾ। ਆਲੂਆਂ ਦਾ ਨੁਕਸਾਨ ਹੋਊਗਾ ਫਸਲਾਂ ਦਾ, ਦੇਖੋ ਪਾਣੀ ਖੜ੍ਹਾ ਹੀ ਆ ਵਿੱਚ ਹਜੇ, ਨਾਲੇ ਨੱਕੇ ਖੋਲ੍ਹੇ ਪਏ ਨੇ, ਪਰ ਹੁਣ ਲੈਵਲ ਦੇ ਹਿਸਾਬ ਨਾਲ ਉਤਰਦਾ। ਕਾਫੀ ਨੁਕਸਾਨ ਹੋਣਾ ਜੀ ਜ਼ਿਮੀਦਾਰਾਂ ਦਾ ਵੀ, ਝਾੜ 'ਚ ਵੀ ਫਰਕ ਪੈਣਾ ਬਾਸਮਤੀ ਨੂੰ। ਬਾਕੀ ਹੁਣ ਮਹਾਰਾਜ ਸੁੱਖ ਰੱਖੇ, ਮਨ ਮੀਂਹ ਮੂੰਹ ਤੋਂ ਜਦ ਤੱਕ ਫਸਲ ਚੱਕ ਨਹੀਂ ਹੁੰਦੀ ਫਿਰ ਇਹ ਗੱਲ ਬਣਨੀ ਆ। ਉਹ ਦੂਜੇ ਖੇਤ 'ਚ ਨਵੇਂ, ਮਤਲਬ 2 ਕੁ ਦਿਨ ਪਹਿਲੇ ਆਲੂ ਲਾਏ ਸੀ, ਹਜੇ ਮਕੇਲੇ ਬਣਾਏ ਨਹੀਂ, ਉਹਨੂੰ ਦੇਖਦੇ ਹਾਂ ਵੀ ਕੀ ਚੱਕਰ ਆ ਇਹਦਾ। ਜੀ ਤਾਂ ਚਲੋ ਪਾਣੀ ਲਾਇਆ ਹੀ ਸੀਗਾ ਹਜੇ, ਤਾਂ ਖੜ੍ਹ ਗਿਆ ਹੋਊਗਾ ਸ਼ਾਇਦ। ਆ ਗੰਨਾ ਦੇਖੋ, ਸਾਰਾ ਹੋ ਗਿਆ ਜੀ, ਇੱਧਰ ਨੂੰ ਡਿੱਗ ਡੁੱਗ ਗਿਆ ਜੀ ਗੰਨਾ ਵੀ, ਸੂਰਜ ਪੈਂਦਾ ਤਾਂ ਤੁਹਾਨੂੰ ਸ਼ਾਇਦ ਦਿਖੇ ਨਾ। ਆਹ ਵੇਖੋ, ਇੱਧਰ ਵੀ ਹੋ ਗਿਆ ਟੇਢਾ ਮੇਢਾ ਜਿਹਾ, ਅਤੇ ਆਲੂ ਦਾ ਪਾਣੀ ਇਹਦੇ ਵਿੱਚ ਵੀ ਖੜ੍ਹਾ ਮੈਨੂੰ ਲੱਗਦਾ। ਇਹਨੂੰ ਤਾਂ ਅਸੀਂ ਐਸੀ ਗੱਲ ਕਰਕੇ ਪਾਣੀ ਲਾਉਂਦੇ ਨਹੀਂ ਸੀਗੇ ਗੰਨੇ ਕਰਕੇ। ਆਹ ਆਲੂ ਨਵੇਂ ਲਾਏ ਸੀਗੇ ਹਜੇ, ਸਾਈਡਾਂ ਸੂਈਡਾਂ ਮਕੇਲੇ ਮਕੁੱਲੇ ਬਣਾਉਣ ਨੂੰ ਪਏ ਹੀ ਸੀਗੇ, ਅਤੇ ਇਹਦੇ ਵਿੱਚ ਵੀ ਪਾਣੀ ਖੜ੍ਹਾ ਹੀ ਆ ਤਕਰੀਬਨ ਹਜੇ ਤੱਕ। ਇੱਧਰ ਵੀ ਖਾਲਾਂ 'ਚ ਦੇਖੋ ਕੀ ਹਾਲ ਆ ਪਾਣੀ ਦਾ, ਭਰੀਆਂ ਹੀ ਪਈਆਂ ਨੇ ਹਜੇ ਤਾਂ। ਭਈਆ ਨੂੰ ਕਹਿੰਦੇ ਆ ਵੀ ਦੁਬਾਰਾ ਕੱਢ ਕੇ ਜਾਓ ਪਾਣੀ। ਨੁਕਸਾਨ ਤਾਂ ਜੀ ਜ਼ਿਮੀਦਾਰ ਦਾ ਕਾਫੀ ਹੋਇਆ ਜੀ ਇਹ ਬਾਰਿਸ਼ ਨਾਲ, ਜ਼ਿਆਦਾ ਬਾਰਿਸ਼ ਹੋ ਗਈ, ਉੱਪਰ ਬਰਫ਼ ਵੀ ਪੈ ਗਈ ਸ਼੍ਰੀਨਗਰ ਵਗੈਰਾ, ਉਦੋਂ ਠੰਡ ਹੁੰਡ ਇਹ ਕਰਕੇ ਠੰਡ ਵੀ ਵੱਧ ਗਈ ਹੁਣ।
ਚਲੋ ਹਜੇ ਵੀ ਮਾਰੇ ਟਾਈਮ ਰੱਖੇ ਥੋੜ੍ਹਾ ਜਿਹਾ ਸਹੀ, ਫਸਲਾਂ ਚੱਕੀਆਂ ਜਾਣ ਅਤੇ ਗਾਂ ਕਣਕ ਕੁਣਕ ਬੀਜੀ ਜਾਵੇ। ਠੀਕ ਹੈ ਵੀਰ, ਅੱਜ ਆਪਣੀ ਵੀਡੀਓ ਇੰਨੀ ਕੀ ਆ, ਛੋਟੀ ਹੋਈ ਆ, ਦੇਖਣੀ ਹੁੰਦੀਆਂ ਵੀਡੀਓ ਜਿਹੜੀਆਂ ਪਾਣੀ ਦੀਆਂ, ਮੰਡੀ ਦੀਆਂ, ਹੋਰ ਬੁਰਾ ਹੀ ਹਾਲ ਆ। ਮੈਂ ਤੁਹਾਨੂੰ ਦਿਖਾਉਣਾ ਇੱਕ ਦੋ ਵੀਡੀਓ ਪਾਣੀ ਵਾਲੀਆਂ ਵੀ, ਜਿਹੜੀਆਂ ਆਪਣੀਆਂ ਮੰਡੀ 'ਚ ਵੀ ਪਾਣੀ, ਮੀਂਹ ਪੈ ਰਿਹਾ ਸੀ ਪੂਰੇ ਜ਼ੋਰ ਨਾਲ। ਚਲੋ ਠੀਕ ਹੈ ਜੀ, ਥੈਂਕ ਯੂ।